मासूम अते पोले पाले नौजवानों नूं किन्नर बनाउण वाले इक अजिहे ग्रुप का पर्दाफाश अमृतसर के नौजवान संजीव कुमार के वलों करदिआं दस्सिआ गया है कि वह अमृतसर के जौड़ा फाटक ते रहण वाला है अते उह कुछ समां पहलां चाकियां दे विच राधा बन के डांस करके पैसे कमाउण दा काम करदा सी। एक दिन पिंड बताला के अजिहे ग्रुप मैंबर के हत्थे चढ़े जिन्हां दे वलों पहलां तां उस नूं बहला फसला के औरतां ने कपड़े पवा के लोगों के घरां विच वधाइयां इकट्ठियां करवाईआं गईआं। जदों पिंड के एक कौंसलर के घरों वधाई लैण मौके लड़का होण दा पर्दाफाश होया तां पिंड बताला के इस ग्रुप मैंबरां दे वलों संजीव का गुप्त अंग कट के उसनों किन्नर बना दिता गया। इस संबंधी अपनी व्यथा सुनाउंदिआं लड़के संजीव तो किन्नर बने नूर ने दस्सिआ कि उसने कदे सोचा भी नहीं सी कि उसकी पैसे कमाउण की मजबूरी का कोई इस तरह फायदा उठा के उसकी जिंदगी नरक कर देवेगा। उसने दस्सिआ कि पिंड बताला के पापू जंग बहादुर उसकी पत्नी बलजीत उसके साथियों के वलों पहलां तां उसनों औरतों के कपड़े पवा के वधाइयां मंगवाईआं गईआं अते फिर एक दिन रोटी अते चाह विच नशीला पदार्थ मिला के उसनों किन्नर बना दिता गया। जिस संबंधी उस वलों अमृतसर देहाती पुलिस के DSP केवल किशोर नूं शिकायत दर्ज करवाई गई है अते इंसाफ की गुहार लगाई गई है। उसने पुलिस प्रशासन नूं अपील भी की है कि उस नूं इंसाफ दवाउण अते दोषियों नूं गिरफ्तार करन। ये दोषी बहुत ही शर्माएदार ने जो कि हथियारां ते रसूखदारी दे चलदिआं किसी वेले भी मेरी जान लै सकते ने। नाम मेरा हरपाल सिंह है जी। गलबात हुई इन्हां नूं सद्दिआ गया ठीक है। जिहड़ी मेन गल आ इन्हां दा लिंग कटिआ ठीक है। उस तों उधर मैं चल गया ही घर उस तों एक दिन पहला मैं घर गया। नाम की है ते की लगदा तुहानूं? इहदा संजीव कुमार आ ठीक है। उसदा फ्रेंड सर्कल सीगा क्योंकि मैं उत्थे डेरे 'च रहिंदा सी ते हर एक बाबे की सेवा करदा सी। रात नूं लत्तां मालनियां मालच करनी तां करके मैनूं पैसे मिलदे हुंदे। ਮੈਨੂੰ 300 ਰੁਪਈਆ ਦਿੰਦੇ ਹੁੰਦੇ ਬਸ। ਕੀ ਗੱਲ ਕੀ ਸਰ? ਗੱਲ ਹੋਈ ਉਦੋਂ ਸਟਾਰਟਿੰਗ ਤਾਂ ਇਹ ਆ 300 ਰੁਪਈਆ ਮੈਨੂੰ ਮਿਲਦਾ ਹੁੰਦਾ ਸੀ। ਉਦਣ ਮੈਂ ਲੜ ਕੇ ਇਹਨਾਂ ਨਾਲ ਚਲ ਗਿਆ। ਮੈਂ ਕਿਹਾ ਮੈਨੂੰ 300 ਦਿੰਦੇ ਬਾਕੀਆਂ ਨੂੰ ਤੁਸੀਂ 500 ਦਿੰਦੇ ਮੈਂ ਨਹੀਂ ਇੱਥੇ ਰਹਿਣਾ। 6 ਤਰੀਕ ਨੂੰ ਮੈਂ ਗਿਆ 7 ਤਰੀਕ ਨੂੰ ਪਤਾ ਨਹੀਂ ਇਹਨਾਂ ਕੰਮ ਕੀਤਾ ਕਿ ਨਹੀਂ ਹੋਇਆ। ਬਾਅਦ 'ਚੋਂ ਫਿਰ ਮੈਂ 10 ਤਰੀਕ ਨੂੰ ਵਾਪਸ ਆਇਆ ਕਹਿੰਦੇ ਤੈਨੂੰ 500 ਰੁਪਈਆ ਆਪਾਂ ਦੇ ਦਿਆ ਕਰਾਂਗੇ ਤੂੰ ਵਾਪਸ ਆਇਆ। ਜਿੱਦਣ ਮੈਂ ਵਾਪਸ ਆਇਆ ਤਾਂ ਇਹਨਾਂ ਨੇ ਮੈਨੂੰ ਇਹ ਕੰਮ ਦੱਸਿਆ ਕਿ ਮੇਰਾ ਇਹ ਕੰਮ ਹੋ ਗਿਆ। ਤਾਂ ਮੈਂ ਕਿਹਾ ਤੁਹਾਨੂੰ ਮੈਂ ਪਹਿਲਾਂ ਕਹਿੰਦਾ ਹੁੰਦਾ ਹੈਗਾ ਇੱਥੋਂ ਨਿਕਲ ਜਾਓ। ਇਹਨਾਂ ਨੇ ਬੜੇ ਅੱਗੇ ਬਾਬਿਆਂ ਦੇ ਵੀ ਇੱਦਾਂ ਕੀਤੇ ਆ ਕਿਉਂਕਿ ਮੇਰਾ ਜੀਜਾ ਵਾ ਉਹ ਜੰਗ ਬਹਾਦਰ। ਹਾਂਜੀ ਤਾਂ ਇਹ ਤਾਂ ਇਹਦੀ ਕੁੜੀ ਆ ਬਲਜੀਤ ਕੌਰ ਉਹਦਾ ਘਰ ਵਾਲਾ ਵਾ। ਤੁਹਾਨੂੰ ਵੀ ਕੋਈ ਧਮਕੀਆਂ ਲਾਈਆਂ ਜਾਂਦੀਆਂ ਉਹਦੇ ਬਾਰੇ ਦੱਸ ਦਿਓ? ਹਾਂਜੀ ਮੈਨੂੰ ਧਮਕੀਆਂ ਲਾਈਆਂ ਜਾਂਦੀਆਂ ਵਾ ਵੀ ਤੈਨੂੰ ਆਪਾਂ ਮਰਵਾ ਦਾਂਗੇ ਜਾਂ ਝੂਠ ਕੇ ਇੱਥੇ ਫਸਾ ਦਾਂਗੇ। ਤਾਂ ਹੁਣ ਹਾਂਜੀ ਅਤੇ ਮੇਰੀ ਮੰਮੀ ਨੂੰ ਫੋਨ ਕਰਕੇ ਕਿਹਾ ਜਾਂਦਾ ਵਾ ਕਿ ਤੁਸੀਂ ਇੱਦਾਂ ਕਰੋ ਝੂਠੀ ਗਵਾਹੀ ਦਿਓ ਉਹ ਰਿਕਾਰਡਿੰਗ ਵੀ ਸਾਡੇ ਕੋਲ ਹੈ। ਡਰਦੇ ਮਾਰੇ ਆਪਣੀ ਬੇਇੱਜ਼ਤੀ ਦੇ ਮਾਰੇ ਜਿਹੜਾ ਸੌਰਵ ਹੋਣਾ ਨੇ ਕਾਰਵਾਈ ਇਹਨਾਂ 'ਤੇ ਕੀਤੀ ਸੀ ਮੁੰਡੇ ਨੇ ਚਾਹੁੰਦੇ ਆ ਕਿ ਖੁਸਰੇ ਨਾਲ ਕੋਈ ਨਹੀਂ ਮੁੰਡੇ ਨੇ ਠੀਕ ਹੈ। ਅਤੇ ਉਸ ਤੋਂ ਬਾਅਦ ਪੁਲਿਸ ਕੋਲ ਗਏ ਤੁਸੀਂ? ਉਸ ਤੋਂ ਬਾਅਦ ਪੁਲਿਸ ਕੋਲ ਨਹੀਂ ਗਏ ਆਪਾਂ। 7 ਤਰੀਕ ਨੂੰ ਮੇਰਾ ਹੋਇਆ ਵਾ 7 ਤਰੀਕ ਮੇਰਾ ਨਾ ਕਰਵਾਇਆ ਵਾ। ਅਤੇ ਜਦੋਂ ਮੈਂ ਰੋਟੀ ਪਾਣੀ ਖਾਧਾ ਨਾ ਕੜੀ ਚੌਲ ਖਾਧੇ ਉਦੋਂ ਮੈਨੂੰ ਕੁਛ ਨਹੀਂ ਹੋਇਆ। ਜਦੋਂ ਚਾਹ ਪਿਆਈ ਨਾ ਉਹਨਾਂ ਨੇ ਮੈਨੂੰ ਉਸ ਤੋਂ ਬਾਅਦ ਮੈਨੂੰ ਪਤਾ ਮੇਰੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਕਿੱਥੋਂ ਕਰਵਾਇਆ ਆਪ ਕੀਤਾ ਜਾਂ ਡਾਕਟਰ ਕੋਲ ਕਰਵਾਇਆ ਵਾ ਇੰਨਾ ਮੈਨੂੰ ਕੁਝ ਵੀ ਨਹੀਂ ਪਤਾ। 8 ਤਰੀਕ ਨੂੰ ਮੈਨੂੰ ਹੋਸ਼ ਆਈ ਆ ਅਤੇ 10 ਤਰੀਕ ਨੂੰ ਉਹਦਾ ਭਰਾ ਆਇਆ ਵਾ ਹੈਪੀ ਹੈਪੀ ਮੁੰਡਾ ਉਹਨੇ ਆ ਕੇ ਮੈਨੂੰ ਗਾਲਾਂ ਕੱਢਿਆ ਤੈਨੂੰ ਭੈਣ ਚੋਦਾ ਮੈਂ ਪਹਿਲੇ ਕਿਹਾ ਨਿਕਲ ਜਾ ਇੱਥੋਂ। ਇਹਨਾਂ ਨੇ ਅੱਗੇ ਵੀ ਬੜੇ ਕੰਮ ਕੀਤੇ ਹੋਏ ਨੇ ਠੀਕ ਹੈ। ਅਤੇ ਨਹੀਂ ਹੁਣ ਪੁਲਿਸ ਕੋਲ ਕੀ ਮੰਗ ਕਰਦੇ? ਪੁਲਿਸ ਕੋਲ ਇਹੀ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ। ਪੁਲਿਸ ਕੰਪਲੇਂਟ ਕੀਤੀ ਤੁਸੀਂ? ਹਾਂ ਪੁਲਿਸ ਕੰਪਲੇਂਟ ਕੀਤੀ ਪਹਿਲੇ ਮੈਂ IG ਕੋਲ ਉਸ ਆਫਿਸ ਤੋਂ ਪੇਸ਼ ਹੋਈ ਸੀ ਉਹਨੇ ਦਰਖਾਸਤ ਭੇਜੀ SSP ਕੋਲ ਹੁਣ ਗਈ DSP ਕੋਲ ਹੁਣ ਅੱਜ ਵੀ ਖੱਜਰ ਖਰਾਬ ਸਵੇਰ ਦੇ ਗਏ ਹੋਏ ਕੇਵਲ ਕਿਸ਼ੋਰ ਕਿੱਥੋਂ ਦਾ ਬਟਾਲੇ ਦਾ ਕਿੱਥੋਂ ਨਹੀਂ ਦਰਬੂਜੀ ਪੁਲਿਸ ਲੈਨ 'ਚ ਹੁਣ ਕੀ ਦਰਖਾਸਤ ਕੀ ਮੰਗ ਕਰਦੇ ਤੁਸੀਂ? ਮੈਨੂੰ ਇਨਸਾਫ ਦਿੱਤਾ ਜਾਵੇ। ਹੁਣ ਉਹਦਾ ਸਰ ਤੁਹਾਡੇ ਉਲਟਾ ਕਹਿੰਦੇ ਪਿਆ ਅਸੀਂ ਤੁਹਾਨੂੰ ਉਲਟਾ ਕੇਸ 'ਚ ਫਸਾ ਦੇਣਾ ਧਮਕੀਆਂ ਦੇ ਰਹੇ ਨੇ ਜਾਂ ਮਰਵਾ ਦਾਂਗੇ ਜਾਂ ਉਲਟਾ ਕੇਸ 'ਤੇ ਪਾ ਦਾਂਗੇ ਅਤੇ ਮੈਂ ਹੁਣ ਕਿੱਥੇ ਜਾਵਾਂ? ਮੈਂ ਮੰਗ ਕਰਦਾ ਪਿਆ ਮੈਨੂੰ ਪਲੀਜ਼ ਇਨਸਾਫ ਮਿਲਿਆ ਜਾਵੇ। ਹੁਣ ਮੈਨੂੰ ਵੀਰਵਾਰ ਫਿਰ ਸੱਦਿਆ ਨਾ 30 ਤਰੀਕ ਨੂੰ ਪੁਲਿਸ ਨੇ ਉਹਨਾਂ ਨੂੰ ਪਰਚੇ ਨਹੀਂ ਕੱਟਦੇ ਪਏ ਇਨਕੁਆਇਰੀ ਕਰਨੀ ਆ ਮੇਰੇ ਜਿਹੜੇ ਪ੍ਰੂਫ ਮੇਰੇ ਕੋਲ ਸਾਰੇ ਪਏ ਆ ਉਹਨਾਂ ਦੇ ਖਿਲਾਫ ਹੋਏ। ਉਹਨਾਂ ਕੁਲਦੀਪ ਨੇ ਖੁਦ ਆਪਣੇ ਮੂੰਹੋਂ ਕਿਹਾ ਮੈਂ ਉਹਨੂੰ ਕਿਹਾ ਸੀ ਮੇਰਾ ਨਾਮ ਤੁਸੀਂ ਵਢਵਾਇਆ ਨਾ ਕਹਿੰਦੇ ਹਾਂ ਮੇਰੇ ਸੈਨ ਹੁੰਦੇ ਨੇ ਸੰਜੀਵ ਨਾਮ ਉਹਦਾ ਕੀ ਨਾਮ ਤੁਹਾਡਾ? ਮੇਰਾ ਸੰਜੀਵ ਕੁਮਾਰ ਆਧਾਰ ਕਾਰਡ 'ਤੇ ਮੇਲ ਲਿਖਿਆ ਅਤੇ ਉਸ ਤੋਂ ਬਾਅਦ ਫਿਰ ਤੁਹਾਡਾ ਜਿਹੜਾ ਅੰਗ ਕੱਟਿਆ ਗਿਆ ਉਹਦੇ ਬਾਰੇ ਉਹਦਾ ਬਾਰੇ ਜਦੋਂ ਉਹਨਾਂ ਨੇ ਮੈਨੂੰ ਮਾਰ ਕੁਟਾਈ ਹੋਈ ਜਦੋਂ ਸਭ ਗੱਲ ਮਿਟ ਗਈ ਅਤੇ ਬਲਜੀਤ ਕੌਰ ਮੈਨੂੰ ਇੱਦਾਂ ਦਾ ਲੈਣ ਆ ਗਏ ਬਲਜੀਤ ਅਤੇ ਪੱਪੂ ਜੰਗ ਬਹਾਦਰ ਅਤੇ ਇੱਕ ਸੋਨੂ ਡਰਾਈਵਰ ਸੀ ਜਿਹੜਾ ਉਹਨਾਂ ਦਾ ਉਹ ਲੈ ਕੇ ਮੈਨੂੰ ਆ ਗਏ ਅਤੇ ਸੋਨੀਆ ਬਾਬਾ ਜਿਹੜਾ ਮੋਟਰਸਾਈਕਲ ਲੈ ਕੇ ਭੱਜਿਆ ਸੀ ਉੱਥੋਂ ਉਹ ਬਾਬਾ ਨਹੀਂ ਸੀ ਮਤਲਬ ਮੁੰਡਾ ਸੀ ਉਹ
ਮੁੰਡਾ ਸੀ ਉਹ ਬਾਬਾ ਨਹੀਂ ਸੀ ਉਹ ਵੀ ਮੇਰੇ ਨਾਲ ਦੇ ਮੰਗਦਾ ਸੀ ਮੈਂ ਕੋ ਵਧਾਈਆਂ ਦੀ ਵੀਡੀਓ ਪਈਆਂ ਹੋਣਗੀਆਂ ਅਤੇ ਮੇਰੀ ਜਦੋਂ ਮਗੜਾ ਮੇਰੇ ਸੱਟਾਂ ਪਿੱਟ ਲੱਗਿਆ ਖੂਨ ਖਾਣ ਵਾਧੂ ਮਤਲਬ ਅੰਗ ਅੰਗ 'ਤੇ ਸੱਟ ਲੱਗ ਗਈ ਸੀ ਉਹਨਾਂ ਨੇ ਮੇਰੇ ਐਸੀ ਐਸੀ ਜਗ੍ਹਾ ਲੱਤਾਂ ਮਾਰੀਆਂ ਸੀ ਮੇਰੇ ਅਤੇ ਜਦੋਂ ਮੈਨੂੰ ਘਰ ਲੈ ਗਏ ਅਤੇ ਮੈਨੂੰ ਕਹਿੰਦੇ 10-15 ਦਿਨ ਤੁਸੀਂ ਘਰ ਚੱਲ ਜਾਓ ਮੈਂ ਘਰ ਜਾਵਾਂਗਾ ਚਲੋ ਮੈਂ ਘਰ ਚੱਲ ਜਾਂਦਾ ਮੈਂ ਉੱਥੇ ਮੰਮੀ ਨੂੰ ਸੱਦਿਆ ਅਤੇ ਮੰਮਾ ਮੈਂ ਲੈਣ ਆਏ ਲੈ ਕੇ ਚੱਲ ਗਏ ਮੰਮਾ ਮੈਨੂੰ ਪੁੱਛਣ ਲੱਗੇ ਕੀ ਗੱਲ ਹੋਈ ਕੀ ਬਾਤ ਹੋਈ ਮੈਂ ਕੁਛ ਨਹੀਂ ਦੱਸਿਆ ਉਹਨਾਂ ਨੂੰ ਫਿਰ ਪੱਪੂ ਬਲਜੀਤ ਨੂੰ 10-15 ਦਿਨ ਬਾਅਦ ਮੈਂ ਫੋਨ ਕੀਤਾ ਮੈਨੂੰ ਪੈਸੇ ਤਾਂ ਲਿਪੇ ਜਿਹੜੇ ਤੁਹਾਡੇ ਕੋਲ ਮੇਰੇ ਪੈਸੇ ਤਾਂ ਲਿਪੇ ਮਿਲਦੇ ਦਿਓ ਕਹਿੰਦੇ ਅਸੀਂ ਤਾਂ ਲੈਣ ਆਉਂਦੇ ਅਸੀਂ ਤੇਰਾ ਇਲਾਜ ਆਪ ਕਰਾਵਾਂਗੇ ਅਤੇ ਫਿਰ ਆ ਮੈਨੂੰ ਪਹਿਲੇ ਜਦੋਂ ਉਹਨਾਂ ਨੇ ਖੜ੍ਹਿਆ ਸੀ ਨਾ 11-12 ਨੂੰ ਉਦੋਂ ਖੜ੍ਹਿਆ ਸੰਗਮ ਸਿਨੇਮੇ ਲੱਗ ਉਹਨਾਂ ਨੇ ਬੱਸ ਸਟੈਂਡ ਸੰਗਮ ਸਿਨੇਮਾ ਜਿਹੜਾ ਹੈਗਾ ਵਾ ਆਪਣਾ ਉਸ ਤੋਂ ਬਾਅਦ ਜਿਹੜਾ ਦੂਜੀ ਵਾਰੀ ਖੜ੍ਹਿਆ ਉਦੋਂ ਖੜ੍ਹਿਆ ਮੈਨੂੰ ਰਾਮ ਤਲਾਈ ਤੋਂ ਜਦੋਂ ਮੇਰੇ ਮਾਰਕ ਟਾਈ ਹੋਈ ਨਾ ਮਹੀਨਾ ਡੇਢ ਮਹੀਨਾ ਨੇ ਅੰਦਰ ਹੀ ਵੜ ਕੇ ਰੱਖੇ ਰੱਖਿਆ ਮੈਨੂੰ ਪੈਸੇ ਧੇਲੇ ਦਿੰਦੇ ਸੀ ਮੇਰਾ ਘਰ ਦੇ ਸਰਕਸ ਬਹੁਤ ਹਾਲਾਤ ਮਾੜੇ ਸੀ ਮੇਰੇ ਪਾਪਾ ਸਿਹਤ 'ਤੇ ਨਹੀਂ ਹੈਗੇ ਅਤੇ ਮੈਂ ਆਪਣੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਪਾਲਦਾ ਸੀ ਮੰਮੀ ਮੇਰੇ ਇਕੱਲੇ ਸਿਰ 'ਤੇ ਨੇ ਠੀਕ ਆ ਮੰਮੀ ਮੇਰੇ ਸਿਰ 'ਤੇ ਨੇ ਇਕੱਲੇ ਇਸ ਕਰਕੇ ਤਾਂ ਜਦੋਂ ਮੈਨੂੰ ਪੈਸੇ ਧੇਲੇ ਸਭ ਕੁਛ ਮਿਲਣ ਲੱਗ ਪਿਆ ਥੱਲੇ ਰੋਟੀ ਖਾਂਦੇ ਸੀ ਡੇਰੇ 'ਚ ਮੇਰਾ ਐਕਚੁਲੀ ਪ੍ਰੈਸ਼ਰ ਟਾਂਕੇ ਲੱਗੇ ਸੀ ਸਾਰੇ ਸਾਈਡ ਤੇ ਹਾਂ ਕਿੰਨਰ ਹੈਗੇ ਡਰ ਦੇ ਮਾਰੇ ਆਪਣੀ ਬੇਇੱਜ਼ਤੀ ਦੇ ਮਾਰੇ ਜਿਹੜਾ ਸੌਰਵ ਹੋਣਾ ਨੇ ਕਾਰਵਾਈ ਇਹਨਾਂ ਦੀ ਕੀਤੀ ਸੀ ਮੁੰਡੇ ਨੇ ਚਾਹੁੰਦੇ ਆ ਕਿ ਖੁਸੇ ਨਾ ਕੋਈ ਨਹੀਂ ਮੁੰਡੇ ਨੇ ਉਸ ਤੋਂ ਬਾਅਦ ਪੁਲਿਸ ਕੋਲ ਨਹੀਂ ਗਏ ਆਪਾਂ 5-7 ਨੂੰ ਮੇਰਾ ਹੋਇਆ ਵਾ 5-7 ਮੇਰਾ ਨਾ ਕਰਵਾਇਆ ਵਾ ਅਤੇ ਜਦੋਂ ਮੈਂ ਰੋਟੀ ਪਾਣੀ ਖਾਧਾ ਨਾ ਕੜੀ ਚੌਲ ਖਾਧੇ ਉਦੋਂ ਮੈਨੂੰ ਕੁਛ ਨਹੀਂ ਹੋਇਆ ਜਦੋਂ ਚਾਹ ਪਿਆਈ ਨਾ ਉਹਨਾਂ ਨੇ ਮੈਨੂੰ ਉਸ ਤੋਂ ਬਾਅਦ ਮੈਨੂੰ ਪਤਾ ਮੇਰੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਕਿੱਥੋਂ ਕਰਵਾਇਆ ਆਪ ਕੀਤਾ ਜਾਂ ਡਾਕਟਰ ਕੋਲ ਕਰਵਾਇਆ ਵਾ ਇੰਨਾ ਮੈਨੂੰ ਕੁਝ ਵੀ ਨਹੀਂ ਪਤਾ 8 ਨੂੰ ਮੈਨੂੰ ਹੋਸ਼ ਆਈ ਆ ਅਤੇ 10 ਨੂੰ ਉਹਦਾ ਭਰਾ ਆਇਆ ਵਾ ਹੈਪੀ ਮੁੰਡਾ ਉਹਨੇ ਆ ਕੇ ਮੈਨੂੰ ਗਾਲਾਂ ਕੱਢਿਆ ਤੈਨੂੰ ਭੈਣ ਚੋਦਾ ਮੈਂ ਪਹਿਲੇ ਕਿਹਾ ਨਿਕਲ ਜਾ ਇੱਥੋਂ ਇਹਨਾਂ ਨੇ ਅੱਗੇ ਵੀ ਬੜੇ ਕੰਮ ਕੀਤੇ ਹੋਏ ਨੇ ਪੁਲਿਸ ਕੋਲ ਅਸੀਂ ਆਹੀ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਸ਼ੁਰੂਆਤ ਤੋਂ ਦੱਸੋ ਪਹਿਲਾਂ ਇਲਾਕਾ ਤੁਹਾਡਾ ਕਿਹੜਾ ਕਿਹੜੇ ਇਲਾਕੇ 'ਚ ਰਹਿੰਦੇ ਅਸੀਂ ਐਕਚੁਲੀ ਜੋੜਾ ਫੜ ਦੇ ਰਹਿਣ ਵਾਲੇ ਹਾਂ ਅਤੇ ਹੋਇਆ ਕੀ ਤੁਹਾਡੇ ਨਾਲ ਕਿਸ ਤਰੀਕੇ ਦੇ ਨਾਲ ਜਿਹੜਾ ਕੰਮ ਹੋਇਆ ਮੈਂ ਐਕਚੁਲੀ ਝਾਕਿਆ ਵਗੈਰਾ ਕਰਦਾ ਹੁੰਦਾ ਸੀ ਰਾਧਾ ਕ੍ਰਿਸ਼ਨ ਅਤੇ ਕਟਰਾ ਜੰਮ ਸਿੰਘ ਮੈਂ ਸ਼ੋਪ 'ਤੇ ਵੀ ਲੱਗਾ ਹੁੰਦਾ ਸੀ ਉਸ ਟਾਈਮ ਵੀ ਨਾਲ ਕੰਮ ਵੀ ਕਰਦਾ ਹੁੰਦਾ ਸੀ ਇਹਦੇ ਨਾਲ ਜਾਗਰਣ ਦਾ ਕੰਮ ਵੀ ਕਰਦੇ ਸੀ ਅਤੇ ਗਰੁੱਪ 'ਚੋਂ ਨੰਬਰ ਲਿੱਤਾ ਗਿਆ ਸੰਦੀਪ ਕੁਲਦੀਪ ਨੇ ਲਿੱਤਾ ਮੇਰਾ ਨੰਬਰ ਗਰੁੱਪ 'ਚੋਂ ਅਤੇ ਕਹਿਣ ਲੱਗੇ ਬਾਬਾ ਜੀ ਮੈਂ ਬਾਬਾ ਨਹੀਂ ਆ ਮੁੰਡਾ ਵਾਂ ਚੰਗਾ ਭਲਾ ਮੈਨੂੰ ਬਾਬਾ ਨਾ ਕਹਿ ਕਹਿੰਦਾ ਚੋਈ ਨਹੀਂ ਬਾਬਾ ਕਹੀ ਦਿੰਦੇ ਹਾਂ ਤੁਹਾਨੂੰ 1000 ਮਗਰ ਆਪਾਂ 100 ਤੁਹਾਨੂੰ ਤੁਸੀਂ ਸਾਡੇ ਖਵਾ ਸਕਦੇ ਹੋ ਮੈਂ ਉੱਕਾ ਇਨਕਾਰ ਕਰਤਾ ਮੈਂ ਮੁੰਡਾ ਵਾਂ ਮੈਂ ਬਾਬਾ ਬਣ ਕੇ ਕਿਉਂ ਨੱਚਾਂ ਕਹਿੰਦਾ ਤੁਸੀਂ ਕੋਈ ਗੱਲ ਨਹੀਂ ਬਾਬੇ ਲੱਗਦੇ ਹੋ ਕਿ ਲੱਗਦੇ ਸੀ ਉਹ ਠੀਕ ਹੈ ਨਾ ਅਸੀਂ ਬਾਬੇ ਕਹਿੰਦੇ ਤੁਸੀਂ ਲੱਗਦੇ ਹੋ ਮੈਂ ਚੱਲ ਕੋਈ ਨਹੀਂ ਉੱਕੇ 3-4-9 ਨੂੰ ਨਾ ਮੇਰਾ ਫੋਨ ਆਇਆ 12 9 ਨੂੰ ਮੈਂ ਨਾ ਉੱਕਾ ਇਨਕਾਰ ਕਰ ਕੁਲਦੀਪ ਦਾ ਕਿੱਥੇ ਰਹਿੰਦੇ ਇਹ ਬਤਾਲੇ ਪੱਪੂ ਜੰਗ ਬਹਾਦਰ ਦੇ ਬੇਟੇ ਮੈਨੂੰ ਫੋਨ ਕਰਕੇ ਕਿਹਾ ਜੀ ਆਪਾਂ ਸਾਨੂੰ ਬਾਬੇ ਲੋੜ ਵਾ ਤੁਸੀਂ ਆ ਜਾਓ ਮੈਂ ਕਿਹਾ ਓਂਕਾਰ ਕਰਤੀ ਫਿਰ ਆਇਆ ਉਹਨੂੰ ਬਲਜੀਤ ਕੌਰ ਦਾ ਜਿਹੜੀ ਪੱਪੂ ਜੰਗ ਬਹਾਦਰ ਦੂਜੀ ਵਾਈਫ ਆ ਇੱਕ ਵਾਈਫ ਉਹਦੀ ਰਹਿੰਦੀ ਸ਼੍ਰੀ ਗੋਬਿੰਦਪੁਰ ਦੋਨੋਂ ਵਾਈਫਾਂ ਵਾ ਅਤੇ ਮੈਨੂੰ ਕਹਿੰਦੇ ਆ ਜਾਓ ਮੈਂ ਬਲਜੀਤ ਨੂੰ ਨਾ ਕਰਤੀ ਬਲਜੀਤ ਕਹਿੰਦੇ ਅਸੀਂ ਤੈਨੂੰ ਲੈਣ ਆ ਰਹੇ ਹਾਂ ਤੂੰ ਤਿਆਰ ਹੋ ਜਾ ਅਤੇ ਮੈਂ ਇਨਕਾਰ ਕਰਤਾ ਉਹਨਾਂ ਨੂੰ ਮੈਂ ਕਿਹਾ ਮੈਂ ਨਹੀਂ ਆ ਸਕਦਾ ਜਦੋਂ ਇਨਕਾਰ ਕੀਤਾ ਕਹਿੰਦੇ ਆਪਾਂ ਆਉਂਦੇ ਹਾਂ ਅਸੀਂ ਸਪੈਸ਼ਲ ਤੇਰੇ ਵਾਸਤੇ ਆਉਂਦੇ ਹਾਂ ਕਿਉਂਕਿ ਸਪੈਸ਼ਲ ਨਹੀਂ ਆਏ ਸੀ ਇਹ ਦਵਾਈ ਲੈਣ ਆਏ ਸੀ ਇੱਥੇ ਮਜੀਠੇ ਪੱਪੂ ਦੀ ਉਦੋਂ ਆਇਆ ਸੀ ਪੱਪੂ ਜੰਗ ਬਹਾਦਰ ਜੈ ਬਲਜੀਤ ਅਤੇ ਸੋਨੂ ਡਰਾਈਵਰ ਬਾਹਮਣ ਜਿਹੜਾ ਸ਼੍ਰੀ ਗੋਬਿੰਦਪੁਰ ਦਾ ਰਹਿਣ ਵਾਲਾ ਡਰਾਈਵਰ ਇਹਨਾਂ ਦਾ ਵਾ ਠੀਕ ਹੈ ਹੁਣ ਮੈਨੂੰ ਮਸਲਾ ਆਹ ਵਾ ਮੇਰਾ ਜਦੋਂ ਮੇਰੀ ਮਾਰ ਕੁਟਾਈ ਕੀਤੀ ਗਈ ਉਹਦੀਆਂ ਮੇਰੇ ਕੋਲ ਵੀਡੀਓ ਸਰ ਪਈਆਂ ਹੋਈਆਂ ਸਾਰੀਆਂ ਜਦੋਂ ਪ੍ਰਧਾਨ ਜਿੱਤਿਆ ਸੀ ਨਾਲ ਕੌਂਸਲ ਜਿੱਤਿਆ ਸੀ ਪ੍ਰਧਾਨ ਉਹਦੇ ਕਰਕੇ ਸਾਨੂੰ ਵਧਾਈ ਲੈਣ ਭੇਜਿਆ ਗਿਆ ਸੀ ਮੈਨੂੰ ਸੋਨਿਆਂ ਨੂੰ ਅਤੇ ਢੋਲਕ ਵਾਲੇ ਨੂੰ ਨਾਲ ਡਰਾਈਵਰ ਹੈਗਾ ਸਾਡਾ ਗੱਡੀ ਵਾਲਾ ਜਦੋਂ ਰਾਜ ਸਾਨੂੰ ਟੱਕਰ ਗਏ ਸੌਰਵ ਗੌਰਵ ਹੋਣੀ ਉਸ ਤੋਂ ਬਾਅਦ ਸੌਰਵ ਗੌਰਵ ਹੋਣਾ ਨੇ ਮੇਰੇ ਕੱਪੜੇ ਸਾਰੇ ਲਵਾ ਅਤੇ ਪਾੜਤੇ ਉਹ ਮੇਰੇ ਕੋਲ ਵੀਡੀਓ ਪਈਆਂ ਮਾਰ ਕੁਟਾਈ ਦੀਆਂ ਜਦੋਂ ਮੈਂ ਸਾਰੇ ਕੱਪੜੇ ਲਾ ਤੇ ਮੈਨੂੰ ਨੰਗਾ ਕਰਤਾ ਉੱਥੇ ਮੁੰਡਾ ਸਾਬਿਤ ਕਰਤਾ ਉਹਨਾਂ ਨੇ ਮੈਨੂੰ ਜਿਹੜੇ ਮੈਨੂੰ ਥਾਣੇ ਖੜਿਆ ਸ਼੍ਰੀ ਗੋਬਿੰਦਪੁਰ ਉੱਥੇ ਬਹਿੰਦੀ ਬਲਜੀਤ ਕੌਰ HSO ਅਤੇ ਉਹਨਾਂ ਨੇ ਕੀ ਅੰਬਰ ਘਾਲਾ ਮਾਲਾ ਕੀਤਾ ਕੁਝ ਕੀਤਾ ਮੈਨੂੰ ਕੁਝ ਵੀ ਨਹੀਂ ਪਤਾ ਲੱਗਾ ਮੈਨੂੰ ਮੈਂ ਉਹਨਾਂ ਨੂੰ ਕਿਹਾ ਕਹਿੰਦੇ ਤੂੰ ਮੁੰਡਾ ਮੈਂ ਕਿਹਾ ਹਾਂ ਮੈਂ ਮੁੰਡਾ ਵਾਂ ਅਤੇ ਇਹਨਾਂ ਨੇ ਇੱਕ ਸਰਟੀਫਿਕੇਟ ਮੇਰਾ ਸਰਟੀਫਿਕੇਟ ਤਿਆਰ ਕਰਵਾਇਆ ਵਾ ਜਿਹੜਾ ਕਿ ਹਰ ਕਿਸੇ ਦਾ ਕਰਵਾਉਂਦੇ ਨੇ ਕਿੰਨਰ ਦਾ ਸਰਟੀਫਿਕੇਟ ਮੈਂ ਤਿਆਰ ਕਰਵਾਇਆ ਇਹਨਾਂ ਨੇ ਬਾਬੇ ਬਕਾਲੇ ਤੋਂ ਉਹ 'ਤੇ ਨਾਮ ਲਿਖਵਾਇਆ ਨੂਰ
ਮੇਰੇ ਸੈਨ ਹੁੰਦੇ ਨੇ ਸੰਜੀਵ ਨਾਮ ਤੋਂ ਉਹਦਾ ਕੀ ਨਾਮ ਹੈ ਤੁਹਾਡਾ ਮੇਰਾ ਸੰਜੀਵ ਕੁਮਾਰ ਆਧਾਰ ਕਾਰਡ ਤੇ ਮੇਲ ਲਿਖਿਆ ਤੇ ਉਸ ਤੋਂ ਬਾਅਦ ਫਿਰ ਤੁਹਾਡਾ ਜਿਹੜਾ ਅੰਗ ਕੱਟਿਆ ਗਿਆ ਉਹਦੇ ਬਾਰੇ ਦੱਸੋ ਉਹਦਾ ਬਾਰੇ ਜਦੋਂ ਉਹਨਾਂ ਨੇ ਮੈਨੂੰ ਕੁਮਾਰ ਕਟਾਈ ਹੋਈ ਜਦੋਂ ਸਭ ਗੱਲ ਮਿਟ ਗਈ ਤੇ ਬਲਜੀਤ ਉਧਰ ਦੂਜੀ ਧਿਰ ਦੀ ਬਲਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਜੰਗ ਬਹਾਦਰ ਸਿੰਘ ਦੇ ਵੱਲੋਂ ਸ਼ੁਰੂ ਤੋਂ ਹੀ ਆਪਣੇ ਕੋਲ ਕਿੰਨਰਾਂ ਨੂੰ ਰੱਖਿਆ ਜਾਂਦਾ ਸੀ ਕਿਉਂਕਿ ਸ਼ੁਰੂ ਤੋਂ ਹੀ ਬਾਬਿਆਂ ਦੇ ਨਾਲ ਢੋਲਕੀ ਵਜਾਉਣ ਦਾ ਕੰਮ ਕਰਦੇ ਸਨ ਅਤੇ ਇਹ ਇਹਨਾਂ ਦਾ ਬੀਤੇ ਕਈ ਸਾਲਾਂ ਤੋਂ ਪੇਸ਼ਾ ਹੈ ਉਹਨਾਂ ਦੇ ਕੋਲ ਕਿੰਨਰ ਲੰਮੇ ਸਮੇਂ ਤੋਂ ਆ ਕੇ ਰਹਿੰਦੇ ਨੇ ਜਿਨ੍ਹਾਂ ਵਿੱਚੋਂ ਸੰਜੀਵ ਕੁਮਾਰ ਉਰਫ ਨੂਰ ਵੀ ਇੱਕ ਸੀ ਪਰ ਬੀਤੇ ਕੁਝ ਸਮੇਂ ਤੋਂ ਨੂਰ ਉਰਫ ਸੰਜੀਵ ਸਾਡੇ ਤੋਂ ਬਾਗੀ ਹੋ ਗਿਆ ਅਤੇ ਹੁਣ ਸਾਡੇ 'ਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ ਹਾਂਜੀ ਆਪਣਾ ਨਾਮ ਦੱਸੋ ਜੀ ਕਿਹੜਾ ਪਿੰਡ ਦਾ ਬਲਜੀਤ ਕੌਰ ਨਰੰਗਪੁਰ ਬਤਾਲਾ ਕੀ ਲੱਗਦੇ ਨੇ ਪੱਪੂ ਜੀ ਤੁਹਾਡੇ ਪੱਪੂ ਜੰਗ ਬਹਾਦਰ ਮੇਰੇ ਹਸਬੰਡ ਆ ਕੀ ਇਲਜ਼ਾਮ ਲਾਏ ਜਾ ਰਹੇ ਨੇ ਤੁਹਾਡੇ ਤੇ ਜਿਹੜੇ ਲਾਏ ਨੇ ਸੰਜੀਵ ਕੁਮਾਰ ਉਸ ਨੂਰ ਨੇ ਜੀ ਉਹਨਾਂ ਦਾ ਜੁੱਤਾਂ ਚੜ ਕੇ ਤੁਸੀਂ ਕਿੰਨਰ ਬਣਾਇਆ ਜ਼ਬਰਦਸਤ ਸਰ ਬਿਲਕੁਲ ਨਹੀਂ ਬਿਲਕੁਲ ਝੂਠਾ ਇਹ ਸਰ ਮੇਰਾ ਵੀ ਇੱਕ ਬੇਟਾ ਵਾ ਸਰ ਮੈਂ ਕਿਸੇ ਦੇ ਬੱਚੇ ਦਾ ਨਾਲ ਇੱਦਾਂ ਕਰ ਸਕਦੀ ਮੈਂ ਕਿਹੜੀ ਡਾਕਟਰ ਆ ਕਿ ਜਿਹੜਾ ਕਿਸੇ ਦਾ ਲਿੰਕ ਕੱਟ ਦੂੰਗੀ ਨਹੀਂ ਉਹ ਤੁਹਾਡੇ ਨਾਲ ਉਹਨਾਂ ਦਾ ਕੋਈ ਰਿਸ਼ਤਾ ਕੀ ਤੁਹਾਡੇ ਕੋਲ ਰਹਿੰਦੇ ਰਹੇ ਜਾਂ ਕੋਈ ਕੰਮ ਕਰਦੇ ਸੀ ਸਰ ਦਸੰਬਰ 2020 ਦੇ ਵਿੱਚ ਮੇਰੇ ਚਾਚਾ ਜੀ ਦੇ ਬੇਟੇ ਨੇ ਦੱਸ ਪਾਈ ਅਸੀਂ ਮੈਡੀਸਨ ਲੈਣ ਵਾਸਤੇ ਆਏ ਸੀ ਜੰਗ ਬਹਾਦਰ ਜੀ ਦੀ ਕਿਉਂਕਿ ਉਹਨਾਂ ਨੂੰ ਪੈਰਾਲਾਈਜ਼ ਹੋਇਆ ਡਾਕਟਰ ਬਲਜਿੰਦਰ ਸਿੰਘ ਬੱਲ ਮੈਡੀਕਲ ਇਨਕਲੇਵ ਕੋਲ ਸਾਡੀ ਮੈਡੀਸਨ ਚੱਲਦੀ ਬੱਸ ਸਟੈਂਡ ਦੇ ਉੱਤੇ ਇਹਦੀ ਮੰਮੀ ਲੈ ਕੇ ਆਈ ਸੀ ਇਹਨੂੰ ਸਾਡੀ ਗੱਡੀ ਦੇ ਵਿੱਚ ਬੈਠ ਕੇ ਸਰ ਉੱਥੇ ਚਲੇ ਗਿਆ ਇਹਨਾਂ ਦੇ ਕੋਈ ਹਰਪਾਲ ਹੈਪੀ ਦੇ ਕੋਈ ਪੁਰਾਣੇ ਰਿਲੇਸ਼ਨ ਸੀ ਇਹਨਾਂ ਦੇ ਨਾਲ ਹਰਪਾਲ ਹੈਪੀ ਕੌਣ ਹੈ ਜੀ ਜਿਹਦਾ ਸਰ ਮੇਰੇ ਚਾਚਾ ਜੀ ਦਾ ਬੇਟਾ ਸ਼੍ਰੀ ਹਰਗੋਬਿੰਦਪੁਰ ਤੋਂ ਅੱਛਾ ਜੀ ਸਰ ਮੇਨ ਮੂਵੀ ਦਾ ਜਿਹੜੀ ਦਾ ਇਹ ਹੀਰੋ ਆ ਸਰ ਉਹ ਆ ਉਹਨੇ ਹੀ ਮੇਰੀ ਇਹਦੇ ਨਾਲ ਜਾਣ ਪਛਾਣ ਕਰਾਈ ਸੀ ਸਰ ਜਦੋਂ ਨਗਰ ਕੌਂਸਲ ਦੀਆਂ ਸਰ ਇਲੈਕਸ਼ਨ ਸੀ ਫਰਵਰੀ 2021 ਦੇ ਵਿੱਚ ਸਰ ਜਿਸ ਦਿਨ ਇਲੈਕਸ਼ਨ ਜਿੱਤੇ ਸਰ ਇਹ ਬਾਬਿਆਂ ਦੇ ਨਾਲ ਕਦੀ ਕਦੀ ਜਾਂਦਾ ਸੀ ਟੋਲੀ ਕਿੰਨਰਾਂ ਦੇ ਨਾਲ ਸਾਡੇ ਕੋਲ ਕਿੰਨਰ ਰਹਿੰਦੇ ਆ ਸਰ ਉਸ ਤੋਂ ਬਾਅਦ ਕੀ ਹੋਇਆ ਨਹੀਂ ਆਪਣਾ ਕੋਈ ਡੇਰਾ ਵੀ ਆ ਕੋਈ ਮੰਤ ਵੀ ਸਰ ਹਾਂਜੀ ਹਾਂਜੀ ਸਰ ਮੰਤ ਰਹਿੰਦੇ ਆ ਸਾਡੇ ਕੋਲ ਕਿਉਂ ਰੱਖਦੇ ਤੁਸੀਂ ਬਾਬਿਆਂ ਨੂੰ ਮੰਤਾਂ ਨੂੰ ਕਿਉਂ ਇੰਨੀ ਪਨਾਹ ਦਿੱਤੀ ਹੋਈ ਹੈ ਤੁਸੀਂ ਸਰ ਜੰਗ ਬਹਾਦਰ ਨੂੰ ਜੰਗ ਬਹਾਦਰ ਜਿਹੜੇ ਮੇਰੇ ਘਰ ਵਾਲਾ ਵਾ ਸਰ ਮਾਈ ਮੀਨਾ ਜੀ ਸੀ ਸਰ ਉਹਨਾਂ ਨੇ ਇਹਨਾਂ ਨੂੰ ਬੇਟਾ ਲਿਆ ਸੀ ਗੋਦ 5 ਸਾਲ ਦਾ ਸਰ ਉਹਨਾਂ ਨੇ ਉਹ ਹੁਣ ਮਰਨ ਤੋਂ ਬਾਅਦ ਮਤਲਬ ਜਿੰਦੇ ਜੀ ਹੀ ਆਪਣੀ ਜਿਹੜੀ ਪ੍ਰੋਪਰਟੀ ਪਿੰਡ ਸੀ ਸਾਰੇ ਜੰਗ ਬਹਾਦਰ ਦੇ ਨਾਮ ਉੱਤੇ ਕਰ ਦਿੱਤੇ ਸੀ ਪਰ ਉਹ ਕਹਿੰਦੇ ਕਿ ਜਿੰਨੇ ਵੀ ਉੱਥੇ ਕਿੰਨਰ ਨੇ ਸਾਰੇ ਚਣਵਟ ਕੀਤੇ ਗਏ ਨੇ ਪ੍ਰਦੇਸੀ ਨਹੀਂ ਹੈ ਕੋਈ ਵੀ ਉਹਨਾਂ ਦੇ ਜ਼ਬਰਦਸਤੀ ਵੱਢੇ ਗਏ ਨੇ ਸਰ ਬਿਲਕੁਲ ਨਹੀਂ ਬਿਲਕੁਲ ਗਲਤ ਆ ਸਰ ਕਿੰਨਰ ਬਕਾਇਦਾ ਤੁਹਾਨੂੰ ਇੰਟਰਵਿਊ ਦੇ ਸਕਦੇ ਉਹਨਾਂ ਕੋਲ ਤੁਸੀਂ ਪੁੱਛ ਸਕਦੇ ਜਾ ਕੇ ਇਨਕੁਆਇਰੀ ਕਰ ਸਕਦੇ ਹੋ ਨਹੀਂ ਜਿਹੜਾ ਤੁਸੀਂ ਕਹਿ ਜਾਂਦੇ ਵੀ ਹੈਪੀ ਜਿਹੜਾ ਬੰਦਾ ਵਾ ਮੇਨ ਜਿਹੜਾ ਤੁਹਾਡਾ ਬ੍ਰਦਰ ਆ ਹਾਂਜੀ ਹਾਂਜੀ ਸਰ ਉਹ ਵੀ ਇਹਦੇ ਹੱਕ 'ਚ ਗਵਾਹੀ ਦੇ ਰਿਹਾ ਉਹ ਵੀ ਇਹਦੇ ਹੱਕ 'ਚ ਨਿਤਰ ਰਿਹਾ ਵੀ ਤੁਹਾਡੇ 'ਤੇ ਇਲਜ਼ਾਮ ਲਗਾ ਰਿਹਾ ਸਰ ਐਕਚੁਲੀ ਗੱਲ ਕੀ ਆ ਕਿ ਫਰਵਰੀ 2021 ਦੇ ਵਿੱਚ ਜਦੋਂ ਮਿਊਨਸਿਪ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਈ ਉਹਦੇ ਵਿੱਚ ਜਿਸ ਦਿਨ ਨਵਦੀਪ ਪੰਨੂ ਸਾਡੇ ਸ਼ਹਿਰ ਦੇ ਕੌਂਸਲਰ ਨੇ ਉਹ ਜਿੱਤੇ ਉਹਨਾਂ ਦੇ ਘਰੋਂ ਸਾਰੇ ਵਧਾਈ ਲੈ ਕੇ ਆਏ 5500 ਰੁਪਈਆ ਸਰ ਉਸ ਤੋਂ ਬਾਅਦ ਨੂਰਪੁਰ ਪਿੰਡ ਦੇ ਲਾਗੇ ਇਹਨਾਂ ਦਾ ਕੋਈ ਝਗੜਾ ਹੋਇਆ ਇਹਨਾਂ ਦਾ ਕੋਈ ਝਗੜਾ ਹੋਇਆ ਉੱਥੇ ਸਰ ਇਹਨੂੰ ਕੁੱਟਮਾਰ ਕੀਤੀ ਇਹਦੀ ਸਰ ਇਹਨੂੰ ਨੰਗਿਆ ਕੀਤਾ ਫਿਰ ਸਰ ਸਾਨੂੰ ਪਤਾ ਲੱਗਿਆ ਕਿ ਇਹ ਮੁੰਡਾ ਵਾ ਸਰ ਇਹਨੇ ਆਹ ਵੇਖੋ ਮੈਨੂੰ ਐਫੀਟੇਬਿਟ ਦਿੱਤਾ ਉਹਦੇ ਵਿੱਚ ਲਿਖਿਆ ਕਿ ਮੈਂ ਜਮਾਂਦਰੂ ਹੀ ਖੁਸਰਾ ਵਾਂ ਜਿਹੜਾ ਐਫੀਟੇਬਿਟ ਤੁਹਾਡੇ ਵੱਲੋਂ ਦਿਖਾਇਆ ਜਾ ਰਿਹਾ ਇਹਦੀ ਇੱਕੋ ਕਾਪੀ ਹੈ ਤੁਹਾਡੇ ਕੋਲ ਕੋਈ ਹੋਰ ਵੀ ਹੈ ਸਰ ਮੇਰੇ ਕੋਲ ਇੱਕ ਹੀ ਕਾਪੀ ਹੈ ਉਹਨੇ ਆਪਣਾ ਐਫੀਡੇਵਿਟ ਤੁਹਾਡੇ ਨੂੰ ਦਿੱਤਾ ਜੇ ਕੋਈ ਕਿੰਨਾ ਰਿਹਾ ਤੇ ਉਹ ਆਪਣੇ ਕੋਲ ਅਸਲੀ ਰੱਖਦਾ ਤੁਹਾਨੂੰ ਕੋ ਦੇ ਦਿੱਤਾ ਜੀ ਉਹਨੇ ਸਰ ਇਹ ਉਹ ਨਵਦੀਪ ਪੰਨੂ ਸਾਡੇ ਸ਼ਹਿਰ ਦੇ ਕੌਂਸਲਰ ਨੇ ਉਹ ਜਿੱਤੇ ਉਹਨਾਂ ਦੇ ਘਰੋਂ ਸਾਰੇ ਵਧਾਈ ਲੈ ਕੇ ਆਏ 5500 ਰੁਪਈਆ ਸਰ ਉਸ ਤੋਂ ਬਾਅਦ ਨੂਰਪੁਰ ਪਿੰਡ ਦੇ ਲਾਗੇ ਇਹਨਾਂ ਦਾ ਕੋਈ ਝਗੜਾ ਹੋਇਆ ਇਹਨਾਂ ਦਾ ਕੋਈ ਝਗੜਾ ਹੋਇਆ ਉੱਥੇ ਸਰ ਇਹਨੂੰ ਕੁੱਟਮਾਰ ਕੀਤੀ ਇਹਦੀ ਸਰ ਇਹਨੂੰ ਨੰਗਿਆ ਕੀਤਾ ਫਿਰ ਸਰ ਸਾਨੂੰ ਪਤਾ ਲੱਗਿਆ ਕਿ ਇਹ ਮੁੰਡਾ ਵਾ ਸਰ ਇਹਨੇ ਆਹ ਵੇਖੋ ਮੈਨੂੰ ਐਫੀਟੇਬਿਟ ਦਿੱਤਾ ਉਹਦੇ ਵਿੱਚ ਲਿਖਿਆ ਕਿ ਮੈਂ ਜਮਾਂਦਰੂ ਹੀ ਖੁਸਰਾ ਵਾਂ ਜਿਹੜਾ ਐਫੀਡੇਵਿਟ ਤੁਹਾਡੇ ਵੱਲੋਂ ਦਿਖਾਇਆ ਜਾ ਰਿਹਾ ਇਹਦੀ ਇੱਕੋ ਕਾਪੀ ਹੈ ਤੁਹਾਡੇ ਕੋਲ ਕੋਈ ਹੋਰ ਵੀ ਹੈ ਸਰ ਮੇਰੇ ਕੋਲ ਇੱਕ ਹੀ ਕਾਪੀ ਹੈ ਉਹਨੇ ਆਪਣਾ ਐਫੀਡੇਵਿਟ ਤੁਹਾਡੇ ਨੂੰ ਦਿੱਤਾ ਜੇ ਕੋਈ ਕਿੰਨਾ ਰਿਹਾ ਤੇ ਉਹ ਆਪਣੇ ਕੋਲ ਅਸਲੀ ਰੱਖਦਾ ਤੁਹਾਨੂੰ ਕੋ ਦੇ ਦਿੱਤਾ ਜੀ ਉਹਨੇ ਸਰ ਇਹ ਉਹ ਉੱਥੇ ਹੀ ਛੱਡ ਕੇ ਆਏ ਸੀ ਸਰ ਇਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਮੈਂ ਕਿੰਨਰ ਵਾਂ ਸਰ ਇਹਨੇ 400 ਵੀ ਕੀਤੀ ਫਿਰ ਸਰ ਸ਼੍ਰੀ ਉਹਨੇ ਵੀ ਇਲਜ਼ਾਮ ਲਾਇਆ ਜੀ ਤੁਸੀਂ ਉਹਨਾਂ ਨੂੰ ਬੇਹੋਸੀ ਦੀ ਕੋਈ ਚਾਹ ਦੇ ਵਿੱਚ ਜਾਂ ਚਾਵਲਾਂ ਦੇ ਵਿੱਚ ਚੀਜ਼ ਪਿਆ ਕੇ ਉਹਦਾ ਜਿਹੜਾ ਜੁੱਤਾਂ ਦੀ ਤੁਹਾਡੇ ਘਰ ਤੁਹਾਡੇ ਵੱਲੋਂ ਵੱਟਿਆ ਗਿਆ ਜੀ ਸਰ ਬਿਲਕੁਲ ਝੂਠ ਆ ਸਰ ਮੈਂ ਕੋਈ ਚਾਹ ਨਹੀਂ ਪਿਆਈ ਕੋਈ ਗੁਪਤ ਅੰਗ ਉਹਦਾ ਬਿਲਕੁਲ ਨਹੀਂ ਵੱਡਿਆ ਵੀ ਸਰ ਤੁਸੀਂ ਇੰਨੇ ਜਿਹੜੇ ਮਹੰਤ ਚਿੰਨਰ ਰੱਖੇ ਹੋਏ ਨੇ ਕੋਈ ਇਹਨਾਂ ਦੀ ਅਥੋਰਿਟੀ ਵਗੈਰਾ ਵੀ ਹੁੰਦੀ ਹੈ ਕਿਉਂਕਿ ਏਰੀਏ ਵੱਡੇ ਹੁੰਦੇ ਨੇ ਚਿੰਨਰਾਂ ਨੇ ਸਰ ਵੰਡੇ ਹੋਏ ਆ ਜੀ ਸਰ ਵੰਡੇ ਹੋਏ ਆ ਪੱਪੂ ਜੀ ਹੁਣ ਕੀ ਕਰਦੇ ਨੇ ਸਰ ਪੱਪੂ ਜੀ ਹੁਣ ਤਾਂ ਬਿਮਾਰ ਆ ਸਰ ਪਹਿਲੇ ਢੋਲ ਕੀ ਵਜਾਉਂਦੇ ਹੁੰਦੇ ਸੀ ਜਾਂਦੇ ਹੁੰਦੇ ਸੀ ਸਰ ਹੁਣ ਇੱਕ ਬਾਂਹ ਜਿਹੜੀ ਉਹ ਕੰਮ ਨਹੀਂ ਕਰਦੀ ਇਸ ਕਰਕੇ ਉਹ 3-4 ਸਾਲ ਤੋਂ ਸਰ ਬੈੱਡ 'ਤੇ ਹੀ ਆ ਨਹੀਂ ਅੱਜ ਤੁਹਾਨੂੰ ਡਿਪਟੀ ਸਾਹਿਬ ਵੱਲੋਂ ਵੀ ਸੱਦਿਆ ਗਿਆ ਕੀ ਕਾਰਵਾਈ ਉਹਨਾਂ ਨੇ ਕੀਤੀ ਹੈ ਸਰ ਅੱਜ ਡਿਪਟੀ ਸਾਹਿਬ ਨੂੰ ਕੋਈ ਮੀਟਿੰਗ ਪੈ ਗਈ ਸੀ ਉੱਥੇ ਉਹ ਚਲੇ ਗਏ ਆ ਹੁਣ SHO ਸਾਹਿਬ ਦੀ ਡਿਊਟੀ ਲਾਈ ਆ ਸਰ ਉਹ ਬੁਲਾਉਣਗੇ ਬਾਕੀ ਦੀ ਕਾਰਵਾਈ ਸਰ ਹੋ
ਸਰ ਬਿਲਕੁਲ ਝੂਠਾ ਮੈਂ ਬਿਲਕੁਲ ਬੇਦੋਸ਼ ਹਾਂ ਸਰ ਕੀ ਕਹਿਣਾ ਚਾਹੁੰਦੇ ਆਪਣੇ ਸਰ ਮੈਂ ਦੇਖੋ ਸਰ ਮੈਂ ਰੱਬ ਨੂੰ ਮੰਨਣ ਵਾਲੀ ਹਾਂ ਮੈਂ ਕਦ ਕਿਉਂ ਕਿਸੇ ਦੇ ਬੱਚੇ ਦੇ ਨਾਲ ਇੱਦਾਂ ਕਰੂੰਗੀ ਨਹੀਂ ਜਿਹੜੇ ਵੀ ਫੈਕਟ ਜਿਹੜੇ ਤਾਥੋਂ ਨੇ ਪੇਸ਼ ਕੀਤੇ ਨੇ ਸੰਦੀਪ ਮਾਰੂਫ ਨੂਰ ਜਿਹੜਾ ਵੀ ਆ ਸਰ ਹਾਂਜੀ ਉਹਦੇ ਹਿਸਾਬ ਨਾਲ ਤੇ ਬਿਲਕੁਲ ਸੱਚਾਈ ਜਿਹੜੀ ਉਹਦੇ ਹੱਥ 'ਚ ਬੋਲਦੀ ਹੈ ਸਰ ਬਿਲਕੁਲ ਝੂਠਾ ਸਰ ਤੁਸੀਂ ਇਨਕੁਆਇਰੀ ਰਖਵਾਓ ਸਰ ਤੁਸੀਂ ਇਨਕੁਆਇਰੀ ਰਖਵਾਓ ਤੁਸੀਂ ਵੀ ਹੁਣੇ ਮੰਨੇ ਹੋ ਗਏ ਉਹਨੇ ਮੁੰਡਾ ਸੀ ਉਹਦੀ ਵੀਡੀਓ ਵਾਇਰਲ ਹੋਈ ਆ ਤੇ ਫਿਰ ਉਹਦਾ ਜੁਗਤਾਨ ਕਿੱਥੇ ਸਰ ਜਦੋਂ ਮੁੰਡਾ ਸੀ ਉਹ ਸਰ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਇਹਨੂੰ ਚੱਕ ਕੇ ਲੈ ਗਏ ਸੀ ਜਦੋਂ ਮੈਨੂੰ ਪਤਾ ਲੱਗਿਆ ਇਹਦੀ ਮੈਂ ਮੰਮੀ ਨੂੰ ਕਾਲ ਕੀਤੀ ਇਹਦੇ ਕੋਈ ਕਰਵਾਈ ਇਹਦੀ ਮੰਮੀ ਆਈ ਉਹਨੂੰ ਮੈਂ ਕਿਹਾ ਕਿ ਭੈਣ ਜੀ ਜੋ ਇਹਨੇ ਕਿਹਾ ਸੀ ਇਹ ਉਹ ਨਹੀਂ ਹੈਗਾ ਤੇ ਤੁਸੀਂ ਇੱਦਾਂ ਕਰੋ ਕਿ ਇਹਨੂੰ ਸਾਡੇ ਘਰੋਂ ਲੈ ਜਾਓ ਵੀ ਸਰ ਹਰਪਾਲ ਸਿੰਘ ਹੈਪੀ ਅਤੇ ਇੱਕ ਨਾਲ ਲੇਡੀ ਆਈ ਸੀ ਇੱਕ ਜੈਂਟਸ ਆਏ ਸੀ ਇੱਕ ਇਹਦੀ ਮੰਮੀ ਸਰ ਫਰਵਰੀ ਯਾਨੀ ਕਿ 16 ਤੋਂ ਲੈ ਕੇ 20 ਦੇ ਵਿੱਚ ਵਿੱਚ ਮੈਨੂੰ ਤਰੀਕ ਨਹੀਂ ਯਾਦ ਸਰ ਉਦੋਂ ਮੈਂ ਇਹਨੂੰ ਭੇਜ ਦਿੱਤਾ ਸੀ 2021 ਦੇ ਵਿੱਚ ਸਰ 2020 ਦੇ ਵਿੱਚ ਆਇਆ 2021 ਦੇ ਵਿੱਚ ਸਰ ਇਹਨੂੰ ਮੈਂ ਭੇਜ ਦਿੱਤਾ ਪਰ ਕਿਉਂ ਇਲਜ਼ਾਮ ਲਾਏ ਜਾ ਰਹੇ ਜੀ ਤੁਹਾਡੇ ਤੇ ਕਿਉਂ ਇਸ ਤਰ੍ਹਾਂ ਦਾ ਗੰਭੀਰ ਆਰੋਪ ਸਰ ਇੱਕ ਦੋ ਵਾਰੀ ਇਹਨੇ ਪੈਸੇ ਦੀ ਮੰਗ ਕੀਤੀ ਮੇਰੇ ਕੋਲ ਕਿ ਮੈਨੂੰ ਪੈਸਾ ਦੇ ਮੈਂ ਕਿਹਾ ਕਿ ਮੇਰਾ ਹੱਥ ਬਹੁਤ ਟਾਈਟ ਆ ਮੇਰਾ ਹੱਥ ਟਾਈਟ ਆ ਕਿਉਂਕਿ ਮੇਰੇ ਘਰ ਵਾਲੇ ਦੇ ਉੱਤੇ ਬਹੁਤ ਪੈਸੇ ਲੱਗੇ ਆ ਸਰ ਮੇਰੇ ਕੋਲ ਇੰਨੀ ਪਹੁੰਚ ਨਹੀਂ ਸੀ ਹੈਗੀ ਵੀ ਕਿ ਮੰਗ ਕੀ ਹੁਣ ਤੁਸੀਂ ਕੀ ਕਰਦੇ ਸਰ ਇਨਕੁਆਇਰੀ ਰਖਵਾਓ ਜੇ ਇਨਕੁਆਇਰੀ ਰਖਵਾਓ ਬਸ इस संबंधी जो DSP केवल किशोर के गलबात की गई तो उन्होंने कहना है कि उन्होंने वालों इसकी पड़ताल संबंधी जांच शुरू कर दी गई है जल्द ही बनती कार्रवाई की जाएगी मामला जी जो संजीव कुमार अज एक दरखास्त वालों संजीव कुमार जिसनों किन्नर बना के शोषण किया जा रहा पप्पू बताला उर्फ जंग बहादुर जो कि पिंड ब्यास का रहने वाला है जिस के खिलाफ़ एक दरखास्त आई है जिसकी सुनवाई की जा रही है सुनवाई दौरान जो भी मैसेज या इनफॉरमेशन पूरी आएगी उस मुताबक अगली कार्रवाई की जाएगी दरखास्त दरखास्त वाली देखी है अज ही आई है देख के तुम दसता ਪੱਪੂ ਕਹਿ ਰਹੇ ਨੇ ਜੀ ਦਬਾਅ ਵੀ ਬਣਾ ਰਿਹਾ ਇਹਨਾਂ ਨੂੰ ਧਮਕੀਆਂ ਦੇ ਰਿਹਾ ਜੀ ਪੱਪੂ ਜੰਗ ਬਹਾਦਰ ਜਿਹੜਾ ਇਸ ਸੰਬੰਧੀ ਅਭੀ ਕੋਈ ਇਹੋ ਜਿਹੀ ਗੱਲ ਨੋਟਿਸ ਵਿੱਚ ਨਹੀਂ ਆਈ ਆਵੇਗੀ ਤਾਂ ਉੱਤੇ ਉਹ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਨਸਾਫ ਮਿਲੇਗਾ ਜਿਹਨਾਂ ਨੂੰ ਜੇ ਪੂਰਾ ਠੋਕ ਕੇ ਇਨਸਾਫ ਮਿਲੇਗਾ ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ ਤਰੁਣ ਮਹਿਤਾ ਦੀ ਰਿਪੋਰਟ